ਸਭ ਤੋਂ ਪਹਿਲਾਂ ਆਪਾਂ ਜਕਾਰਾ ਬੁਲਾਉਣਾ ਹੱਥ ਉੱਪਰ ਕਰਕੇ, ਸਭ ਤੋਂ ਪਹਿਲਾਂ ਬੋਲੋ ਸੂਫੀ ਸੰਤ ਲਖਦਾਤਾ ਸਾਹਿਬ ਦੀ ਜੈ, ਬੋਲੋ ਮਲੇਰ ਦੇ ਬਾਦਸ਼ਾਹ ਦੀ ਜੈ, ਬੋਲੋ ਪੰਜੇ ਪੀਰਾਂ ਦੀ ਜੈ, ਬੋਲੋ ਇਸ ਗੱਦੀ ਦੇ ਭਾਗ ਦੀ ਜੈ, ਬੋਲੋ ਇਸ ਨਗਰ ਖੇੜੇ ਦੀ ਜੈ, ਬੋਲੋ ਸਾਰੀ ਸਾਧ ਸੰਗਤ ਦੀ ਜੈ। ਸਭ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਤੇ ਸਤਿਕਾਰਯੋਗ ਪਿਤਾ ਸਮਾਨ ਬਜ਼ੁਰਗ ਮਤਾਓ ਭੈਣਾਂ ਭਰਾਵੋ ਯੂਥ ਯੁਵਾ ਬੱਚੇ ਬੱਚੀਆਂ ਸਭ ਨੂੰ ਬਾਬੇ ਦੇ ਨਾਂ ਦੀ ਸਲਾਮਾਂ ਲੇਖਣ ਕਿਹਾ ਜਾਂਦਾ ਹੈ। ਦੂਰ ਦਰੇਡੇ ਸਾਡੇ ਪਿੰਡਾਂ ਤੋਂ ਆਏ ਕੇਲੇ ਸਾਹਿਬਾਨ ਸੇਖ ਸਾਈ ਜਸਧਾਰੀ ਅਤੇ ਹੋਰ ਵੀ ਸੰਗਤ ਸਭ ਦਾ ਬਾਬਾ ਕਾਲਾ ਫੈਮਿਲੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ ਅਤੇ ਸਾਰੀ ਸੰਗਤ ਨੂੰ ਜੀਆਂ ਆਖਿਆ ਜਾਂਦਾ ਹੈ ਅਤੇ ਇਸ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਜਾਂਦੀਆਂ, ਲੱਖ ਲੱਖ ਧਾਈਆਂ ਦਿੱਤੀਆਂ ਜਾਂਦੀਆਂ ਅਤੇ ਇਸ ਪਿੰਡ ਦੀ ਪੀਰਖਾਨਾ ਪ੍ਰਬੰਧਕ ਕਮੇਟੀ ਗੁਰਦੁਆਰਾ ਕਮੇਟੀ ਸਾਡੇ ਬਾਬਾ ਜੀ ਸੰਤ ਜੀ ਉਦਾਸੀ ਮੱਤ ਇਹਨਾਂ ਦੇ ਡੇਰਾ ਸਮਾਜ ਕਮੇਟੀ ਮੰਦਰ ਸਮਾਜ ਕਮੇਟੀ ਹੋਰ ਵੀ ਜਿੰਨੇ ਧਾਰਮਿਕ ਸਥਾਨ ਹੈ ਸਾਡੇ ਟਰੱਸਟ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਰੇ ਧਰਮਾਂ ਨੂੰ ਸਾਡੇ ਵੱਲੋਂ ਸਾਡੇ ਦਾਸ ਵੱਲੋਂ ਸਾਡੇ ਚੇਅਰਮੈਨ ਵੱਲੋਂ ਸਾਡੀ ਸਾਰੀ ਟਰੱਸਟ ਟੀਮ ਵੱਲੋਂ ਸਲਾਮ ਕਿਹਾ ਜਾਂਦਾ ਹੈ। ਸਾਡੇ ਸੂਫੀ ਸੰਤ ਲਖਦਾਤਾ ਪੀਰ ਟਰੱਸਟ ਜਿਹਦਾ ਹੈੱਡ ਆਫ ਸਕਿਓਰ ਜਿਹਦੇ ਚੇਅਰਮੈਨ ਬਾਬਾ ਚਰਨਾ ਜੀ ਅਤੇ ਉਪ ਬਾਬਾ ਲੱਛੂ ਖਾਨ ਜੀ ਅਤੇ ਉਸ ਤੋਂ ਬਾਅਦ ਸਾਡੇ ਟਰੱਸਟ ਆਫ ਚੀਫ ਐਡਵਾਈਸਰ ਸਾਡੇ ਦਿਲਸਾਦ ਖਾਨ ਦਾਦੂ ਜੀ ਅਤੇ ਸਲਾਹਕਾਰ ਬਾਬਾ ਰਾਜਾ ਜੀ, ਉਸ ਤੋਂ ਬਾਅਦ ਸਲਾਹਕਾਰ ਸਾਡੇ ਜਗਦੇਵ ਸਾਹ ਚੱਠਾ ਜੀ, ਉਸ ਤੋਂ ਬਾਅਦ ਸਲਾਹਕਾਰ ਸਾਡੇ ਗੁਰਦੀਪ ਜਰਨੈਲ ਕਾਲਾ ਰਘੂਆਣਾ ਬਾਬਾ ਪਾਲਾ ਕਿਓਲ ਅਤੇ ਹੋਰ ਵੀ ਜਿੰਨੇ ਤੁਹਾਡੇ ਜਿਹਦੇ ਘਰੇ ਦਮਾਨ ਹੈ ਬਾਬਾ ਕਾਲਾ ਪਿੰਡ ਵੱਡਾ ਗੋੜਾ ਤੁਹਾਡੇ ਪਿੰਡ ਦੇ ਹੀ ਵਿਰਾਜਮਾਨ ਇਹ ਵੀ ਸਾਡੇ ਟਰੱਸਟ ਦੇ ਵਿੱਚ ਸ਼ਾਮਲ ਹੈ। ਸਾਡੇ ਟਰੱਸਟ ਦੀ ਜਸ ਮੰਡਲੀ ਭਵਨਾ ਸਰਬੀ ਟਿੱਕਾ ਭੋਲੀ ਸਾਡਾ ਸਾਊਂਡ ਮਾਸਟਰ ਸੱਤਾ ਜੀ ਅਤੇ ਹੋਰ ਵੀ ਮੈਂ ਜਿਨ੍ਹਾਂ ਦੇ ਨਾਂ ਨਹੀਂ ਜਾਣਦਾ ਮੈਨੂੰ ਮਾਫੀ ਚਾਹੁੰਦਾ, ਸਾਰੀ ਟਰੱਸਟ ਟੀਮ ਸਾਡੇ ਚੀਫ ਐਡਵਾਈਜ਼ਰ ਇਹ ਵੀ ਇੱਕ ਸਿੰਗਰ ਹੈ ਟਰੱਸਟ ਦੇ ਦਿਲਸਾਦ ਖਾਨ। ਆਪਾਂ ਹੁਣ 10 ਕੁ ਮਿੰਟ ਇਤਿਹਾਸ ਵਾਰ ਗੱਲ ਕਰਦੇ ਹਾਂ। ਅਸੀਂ ਸਾਰੀ ਟਰੱਸਟ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਪਿੰਡ ਗਾਟਵਾਲੀ ਤੋਂ ਮੀਡੀਆ ਰਿਪੋਰਟਰ ਬਾਬਾ ਚਰਨਾ ਜੀ ਮਜ਼ਾਕ ਵੀ ਕਰਦੇ ਹੈ, 15 ਸਾਲ ਦੀ ਉਮਰ ਹੈ ਪਰ ਗੁਣ ਬਹੁਤ ਹੈ ਅਤੇ ਲਿਖਿਆ ਵੀ ਬਹੁਤ ਵਧੀਆ ਹੈ। ਚੇਲਿਆਂ ਦਾ ਘਸਮਾਨ ਪਾਤਾ ਕਹਿੰਦਾ ਇਹ ਬੋਲਦਾ ਤੁਸੀਂ ਸੱਚ ਨਹੀਂ ਮੰਨਣਾ, ਕਹਿੰਦਾ ਕੋਈ ਮੈਨੂੰ ਇਹੋ ਜਿਹੀ ਕਿਤਾਬ ਦੇ ਦਿਓ ਜਿਹ 'ਚ ਚੇਲੇ ਪੰਥ ਦਾ ਇਤਿਹਾਸ ਹੈ ਜਾਂ ਕੋਈ ਕਿਤਾਬ ਹੈ ਅਤੇ ਚੇਲਿਆਂ 'ਚ ਫੜਨਵਾਲੀ ਮੱਚ ਗਈ ਵੀ ਕੋਈ ਇਤਿਹਾਸ ਹੈ। ਅਤੇ ਸਾਡੇ ਜੋ ਬਾਬਾ ਚਰਨਾ ਜੀ ਦੇ ਸਾਡਾ ਮਾਰਗਦਰਸ਼ਨ ਕਰਦੇ ਹੈ ਇੱਕ ਨਿੱਕਾ ਜਿਹਾ ਬੱਚਾ ਬੜੀ ਪਾਈ ਹੈ ਰਿਪੋਰਟ ਪੰਜਾਬ ਦੇ ਵਿੱਚ ਬੈਲਣ ਹੈ, ਹੋਰ ਕਮੇਟੀਆਂ ਵੀ ਸਾਡੇ ਗਰੁੱਪ ਦੇ ਵਿੱਚ ਸ਼ਾਮਲ ਹੈ, ਸਭ ਦੀਆਂ ਭਾਜੜਾਂ ਪਾਤੀਆਂ ਵੀ ਆਪ ਬੱਚੇ ਨੇ ਕੀ ਕਰਤਾ। ਇਹ ਸਾਡੀ ਟਰੱਸਟ ਦੀ ਮੋਹਰ ਲੱਗ ਚੁੱਕੀ ਹੈ ਕਿਉਂਕਿ ਇਤਿਹਾਸ ਵਾਕਈ ਇਤਿਹਾਸ ਸੂਫੀ ਮੱਤ ਹੈ, ਸੂਫੀ ਮੱਤ ਜਿਵੇਂ ਦੁਨੀਆਂ ਦੇ ਦੂਜੇ ਮੱਤ ਹੈ, ਜਿਵੇਂ ਸਿੱਖ ਮੱਤ ਹੈ ਵੈਸ਼ਨ ਮੱਤ ਹੈ ਸਿੱਖ ਮੱਤ ਹੈ, ਜਿਵੇਂ ਬਾਬਾ ਜੀ ਬੈਠੇ ਉਦਾਸ ਮੱਤ ਹੈ ਜੋਗ ਮੱਤ ਹੈ ਅਤੇ ਜੈਨ ਧਰਮ ਹੈ ਅਤੇ ਬੁੱਧ ਧਰਮ ਹੈ, ਉਸੇ ਤਰ੍ਹਾਂ ਹੀ ਸੂਫੀ ਮੱਤ ਹੈ। ਚੇਲਾ ਪੰਥ ਦਾ ਨਾ ਕੋਈ ਇਤਿਹਾਸ ਹੈ ਨਾ ਕੋਈ ਹਿਸਟਰੀ ਹੈ, ਉਹ ਨਾ ਪੰਗਾ ਲੈ ਲਿਓ ਕਿਸੇ ਨਾਲ, ਜੇ ਹਾਈ ਕੋਰਟ ਦੇ ਵਿੱਚ ਕਰਫਿਊ ਦਾ ਰਿਟ ਪਾਉਣ ਵਾਲੇ ਹੈ ਤਾਂ ਉੱਥੇ ਆਪਾਂ ਨੂੰ ਖਤਰਾ ਪੈਦਾ ਹੋ ਗਿਆ। ਜੇ ਆਪਾਂ ਇੱਕ ਗਰੁੱਪ 'ਚ ਹੋ ਜਾਵਾਂਗੇ ਜਾਂ ਸੂਫੀ ਮੱਤ ਨੂੰ ਲੈ ਕੇ ਚੱਲਾਂਗੇ ਤਾਂ ਆਪਾਂ ਵੱਡੀਆਂ ਵੱਡੀਆਂ ਉੱਥੇ ਕਿਤਾਬਾਂ ਧਰ ਦਾਂਗੇ ਵੀ ਅਸੀਂ ਤਾਂ ਐਸ ਨੂੰ ਲੈ ਕੇ ਚੱਲੇ ਹਾਂ। ਤਾੜੀ ਨਹੀਂ ਸੀ ਵੀ ਅਸੀਂ ਤਾਂ ਆਹ ਇਤਿਹਾਸ ਆ ਸਾਡੇ ਕੋਲ, ਐਸ ਇਤਿਹਾਸ ਨੂੰ ਅਸੀਂ ਲੈ ਕੇ ਚੱਲੇ ਤਾਂ ਆਪਣਾ ਜੱਜ ਪ੍ਰਮਾਣ ਕੀ ਦੇਊਗਾ। ਨੋਟਸ ਨਿਕਲਣ ਵਾਲੇ ਆਉਣ ਵਾਲੇ ਸਮੇਂ 'ਚ ਜਿਹੜੇ ਚੇਲੇ ਅਣਜਾਣ ਹੈ, ਕਿਉਂਕਿ ਅਸੀਂ ਤਾਂ ਸਾਰਿਆਂ ਨੇ ਇਹ ਟਰੱਸਟ ਬਣਾਇਆ, ਵੱਡਾ ਬਹੁਤ ਵੱਡਾ ਗਰੁੱਪ ਬਣ ਚੁੱਕਿਆ ਹੈ, ਸਾਰਿਆਂ ਨੂੰ ਜਾਣਕਾਰੀ ਹੈ। ਜਿਵੇਂ ਬਾਬਾ ਚਰਨਾ ਪਹਿਲਾਂ ਦੱਸਦਾ ਭਾਈ ਚੇਲਿਓ ਬਚ ਕੇ ਰਹੋ, ਆਹ ਗੱਲ ਹੋਊਗਾ ਹੁੰਦੀ ਹੈ। ਹੁਣ ਅਸੀਂ ਵੀ ਇਹੀ ਗੱਲ ਫਿਰ ਫਰਮਾਨਿਕ ਜਾਰੀ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਚੇਲਿਆਂ ਦੇ ਖਿਲਾਫ ਰਿੱਟ ਪਊਗੀ ਹਾਈ ਕੋਰਟ ਦੇ ਵਿੱਚ ਅਤੇ ਨੋਟਿਸ ਨਿਕਲਣਗੇ ਅਤੇ ਜਵਾਬ ਮੰਗੇ ਜਾਣਗੇ। ਹੁਣ ਜਵਾਬ ਦੇਖੋ ਉੱਥੇ ਕਿਹੜਾ ਦੇਊਗਾ,
ਵੱਡੀ ਗੱਲ ਤਾਂ ਇਹ ਹੈ ਵੀ ਜਵਾਬ ਦੇਖੋ ਉੱਥੇ ਜਾ ਕੇ ਕਿਹੜਾ ਦੇਊਗਾ, ਤੇ ਹੋ ਸਕਦਾ ਹੈ ਸਾਡੇ ਟਰੱਸਟ ਨੂੰ ਕੁਰਬਾਨੀ ਕਰਨੀ ਪਵੇ। ਟਰੱਸਟ ਸਾਡਾ ਇਤਿਹਾਸਕ ਟਰੱਸਟ ਬਣ ਚੁੱਕਿਆ ਹੈ, ਕਿਉਂਕਿ ਜਿਵੇਂ ਸਿੱਖ ਮੱਤ ਹੈ, ਉਦਾਸੀ ਮੱਤ ਹੈ, ਜੈਨ ਮੱਤ ਹੈ, ਇਸਲਾਮ ਮੱਤ ਹੈ, ਈਸਾਈ ਮੱਤ ਹੈ, ਜੋਧੀ ਮੱਤ ਹੈ, ਬੁੱਧ ਮੱਤ ਹੈ, ਇਹ ਸਾਰੇ ਮੱਤਾਂ ਵਾਂਗ ਸਾਡਾ ਵੀ ਇੱਕ ਸੂਫੀ ਮੱਤ ਹੈ। ਇਸੇ ਨੂੰ ਅਸੀਂ ਸੂਫੀ ਮੱਤ ਨੂੰ ਅਸੀਂ ਲੈ ਕੇ ਚੱਲੇ ਹਾਂ। ਇਸੇ ਨਾਂ 'ਤੇ ਸਾਡੇ ਟਰੱਸਟ ਦਾ ਜੋ ਨਾਮਕਰਨ ਹੋਇਆ, ਜੋ ਟਰੱਸਟ ਦੀ ਸਥਾਪਨਾ ਹੋਈ ਹੈ, ਇਸੇ ਕਾਰਨ ਹੀ ਅਸੀਂ ਸੂਫੀ ਸੰਤ ਲਖਦਾਦਾ ਪੀਰ ਟਰੱਸਟ ਰੱਖਿਆ। ਉਸ ਤੋਂ ਬਾਅਦ ਗੱਲ ਕਰ ਗਏ ਨਿੰਦਿਆ ਦੀ, ਤੁਸੀਂ ਬੜੇ ਪੜ੍ਹੀ ਲਿਖੀ ਸੰਗਤ ਹੈ ਅਤੇ ਸੰਗਤ ਬੜੀ ਗਿਆਨ ਹੈ, ਅਸੀਂ ਕੋਈ ਬੁਲਾਰੇ ਨਹੀਂ ਵੀ ਸੁਣੂ, ਅਸੀਂ ਕੋਈ ਦੱਸਣਾ ਹੈ ਨਹੀਂ, ਅਸੀਂ ਸੋਥੋਂ ਸਿੱਖ ਕੇ ਜਾਣਾ ਹੈ, ਟਰੱਸਟ ਟੀਮ ਸੋਥੋਂ ਸਿੱਖ ਕੇ ਜਾਂਦੀ ਹੈ। ਤੁਸੀਂ ਹਾਂ ਯਾਰ ਠੀਕ ਨਹੀਂ ਕਰਨਾ ਹੁੰਦਾ, ਕਿਵੇਂ ਕਰਨਾ ਹੁੰਦਾ? ਨਿੰਦਿਆ ਕਿਸੇ ਗ੍ਰੰਥ ਦੇ ਵਿੱਚ, ਸਭ ਤੋਂ ਪੁਰਾਣਾ ਰਿਗਵੇਦ ਗ੍ਰੰਥ ਹੈ, 10,500 ਸਲੋਕ ਹੈ ਨਿੰਦਿਆ ਉਹਦੇ ਵਿੱਚ ਵੀ, ਨਿੰਦਿਆ ਕੁਰਾਨ ਦੇ ਵਿੱਚ ਵੀ ਨਹੀਂ, 6,63,000 ਕੁਰਾਨ ਉਹਦੇ ਵਿੱਚ ਵੀ ਨਿੰਦਿਆ ਨਹੀਂ, ਮਹਾਭਾਰਤ ਦੇ ਵਿੱਚ 1,00,000 ਸਲੋਕ ਹੈ ਨਿੰਦਿਆ ਉਹਦੇ ਵਿੱਚ ਵੀ ਨਹੀਂ, 24,000 ਸਲੋਕ ਰਮਾਇਣ ਗੀਤਾ ਦੇ ਵਿੱਚ ਹੈ ਨਿੰਦਿਆ ਉਹਦੇ ਕਿਤੇ ਵੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 10,24,000 ਅੱਖਰ ਹੈ ਨਿੰਦਿਆ ਉੱਤੇ ਵੀ ਤੇ ਨਹੀਂ, ਅਤੇ ਫਿਰ ਵੀ ਸਾਡੇ ਧਾਰਮਿਕ ਇੱਕ ਦੂਜੇ ਦੇ ਖਿਲਾਫ ਬੋਲੀ ਜਾਂਦੇ ਆ। ਪਤਾ ਨਹੀਂ ਨਿੰਦਿਆ ਕਿਤੇ ਧਰਮ ਰਾਜ ਕੋਲ ਲੈ ਕੇ ਦਿੱਤੀ ਆ ਨਾ। ਇੱਕ ਨਿੰਦਿਆ ਕਰਦਾ ਅਕੇ ਲਾਲਾ ਵਾਲਾ ਪੀਰ ਆਇਆ, ਲਾਲਾ ਵਾਲਾ ਪੀਰ ਆਇਆ, ਬਹੁਤ ਚਿਰ ਚੱਲਿਆ ਇਹ ਪ੍ਰਚਾਰ ਉਹਦਾ, ਤਾਂ ਸਾਡੇ ਦਿਲਸਾਦ ਖਾਨ ਨੇ ਉਹਨੂੰ ਫੋਨ ਕਰਕੇ ਕਿਹਾ ਵੀ ਤੈਨੂੰ ਆਹ ਤਾਂ ਪਤਾ ਲੱਗ ਗਿਆ, ਤੂੰ ਉਹਦੀ ਜਨਮ ਡੇਟ ਦੱਸ। ਜਿਹੜੇ ਬੰਦੇ ਨੂੰ ਆਪਾਂ ਨੂੰ ਘਰ ਦਾ ਨਹੀਂ ਪਤਾ ਲੱਗਦਾ, ਤੇ ਲਾਲਾ ਵਾਲਾ ਪੀਰ ਤਾਂ 1,000 ਸਾਲ ਪਹਿਲਾਂ ਹੋਇਆ, ਉਹਦੇ ਬਾਰੇ ਉਹਨੂੰ ਕੀ ਪਤਾ ਲੱਗ ਗਿਆ? ਵੀ ਆਪਾਂ ਨੂੰ ਆਪਦੇ ਘਰ ਦਾ ਨਹੀਂ ਪਤਾ ਵੀ ਆਪਣੇ ਘਰ 'ਚ ਕੀ ਹੋਈ ਜਾਂਦਾ ਹੈ, ਤੇ 1,000 ਸਾਲ ਪਹਿਲਾਂ ਲਾਲਾ ਵਾਲੇ ਬਾਰੇ ਦੱਸੀ ਜਾਂਦਾ, ਉਹ ਆਏ ਸੀ, ਉਹ ਮਾਸੀ ਦੀ ਸੀ, ਉਹ ਫਲਾਨਾ ਸੀ। ਅਸੀਂ ਸਾਰੇ ਟਰੱਸਟ ਵਾਲੇ ਬੋਲਦੇ, ਸਾਡਾ ਬਾਬਾ ਚਰਨਾ ਵੀ ਐਂ ਬੋਲਦਾ ਵੀ ਭਾਈ ਆਪ ਤਾਂ ਤੁਹਾਨੂੰ ਘਰ ਦਾ ਪਤਾ ਨਹੀਂ, ਅੱਛਾ ਉਹਨੂੰ ਮਾਸੀ ਦੀ ਕੁੜੀ ਦਾ ਪਤਾ ਲੱਗ ਗਿਆ। ਸਭ ਝੂਠਾ ਕਿਤੇ ਨਹੀਂ ਲਿਖਿਆ, ਅਸੀਂ ਫਿਰ ਵੀ ਉਹਦਾ ਸਤਿਕਾਰ ਕਰਦੇ ਹਾਂ ਭਾਵੇਂ ਸਾਡੀ ਉਹ ਨਿੰਦਿਆ ਕਰਦੇ। ਇਸ਼ਾਰਾ ਬਾਕੀ ਹੁੰਦਾ, ਇਸ਼ਾਰੇ ਹੁੰਦਾ, ਨਿੰਦਿਆ ਕਿਸੇ ਧਰਮ 'ਚ ਨਹੀਂ। ਸਾਡਾ ਟਰੱਸਟ ਸਾਰੇ ਧਰਮਾਂ ਦੇ ਸਤਿਕਾਰ ਕਰਦਾ, ਭਾਵੇਂ ਅੰਗਰੇਜ਼ਾਂ ਦਾ ਧਰਮ ਹੋਵੇ, ਭਾਵੇਂ ਸਿੱਖ ਤਾਂ ਸਾਡਾ ਆਪਦਾ ਧਰਮ ਹੈ, ਹਿੰਦੂ ਸਾਡਾ ਆਪਦਾ ਧਰਮ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਬਾਬਾ ਜੀ ਬੈਠੇ ਉਦਾਸੀ ਮੱਤ, ਸ੍ਰੀ ਚੰਦ ਉਦਾਸੀ ਮੱਤ ਸਟਾਰਟ ਕੀਤਾ, ਇਹ ਵੀ ਇੱਕ ਮੱਤ ਹੋਇਆ, ਇਤਿਹਾਸਕ ਮੱਤ ਹੋਇਆ, ਸੂਫੀ ਮੱਤ ਵੀ ਇਤਿਹਾਸਕ ਹੋਇਆ। ਇਸੇ ਕਰਕੇ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਸਾਰੇ ਮੱਤ ਸਾਰੇ ਧਰਮ ਉਸ ਅੱਲਾਹ ਨੇ, ਉਸ ਵਾਹਿਗੁਰੂ, ਉਸ ਪਾਕ ਨੇ ਬਣਾਏ ਹੈ, ਪਰ ਧਰਮਾਂ ਸਾਰੇ ਚੰਗੇ ਹੈ, ਧਰਮ ਆਪਾਂ ਨੂੰ ਸਿੱਧੇ ਰਸਤੇ ਪਾਉਂਦੇ ਹੈ, ਪਰ ਅਸੀਂ ਜਿਹੜੇ ਮਾੜੇ ਲੋਕ ਹਾਂ ਧਰਮ ਬਦਨਾਮ ਕਰਦੇ। ਦੇਖੋ ਹੁਣ ਇਤਿਹਾਸ ਗਵਾਹ ਹੈ, ਜਿਹਨੇ ਕਿਸੇ ਨੇ ਨਿੰਦਿਆ ਕੀਤੀ ਹੈ ਜਾਂ ਕਿਸੇ ਨੇ ਕਿਸੇ ਦਾ ਧਰਮ ਦੇ ਖਿਲਾਫ ਬੋਲਿਆ ਉਹ ਇਤਿਹਾਸ ਗਵਾਹ ਹੈ, ਇਹ ਦੱਸਣ ਦੀ ਲੋੜ ਨਹੀਂ, ਆਪਦੇ ਆਪ ਹੀ ਸੁੱਖ ਫੈਸਲਾ ਹੋ ਜਾਂਦਾ। ਤਾੜੀਆਂ ਜਿਹਨੇ ਨਿੰਦਿਆ ਕੀਤੀ ਹੈ ਲਾਲਾ ਵਾਲੇ ਦੀ, ਉਹ ਆਪਦੀ ਆਪ ਫੈਸਲਾ ਹੋ ਚੁੱਕਿਆ। ਇਹ ਕਹਿਣਾ ਸਾਡਾ, ਅਸੀਂ ਨਹੀਂ ਕਹਿੰਦੇ, ਲੈਕਚਰ 'ਚ ਨਹੀਂ ਕਹੀਆਂ ਜਾਂਦੀਆਂ, ਐਵੇਂ ਬੋਰਡ ਮਾਰੀ ਜਾਂਦੇ ਨਾ, ਉਹ ਫਲਾਨਾ ਲਾਲਾ ਕੋਰਟ ਵੀ ਤੁਸੀਂ ਆਪਣੇ ਕੋਲੇ, ਹੁਣ ਅਸੀਂ ਐਵੇਂ ਕਿਸੇ ਦਾ ਆਪਾਂ ਗਲਤ ਕਰੀਏ? ਟਰੱਸਟ ਦਾ ਪ੍ਰਚਾਰ ਕਰੋ, ਸੂਫੀ ਮੱਤ ਦਾ ਪ੍ਰਚਾਰ ਕਰੋ, ਉਦਾਸੀ ਮੱਤ ਦਾ ਪ੍ਰਚਾਰ ਕਰੋ, ਸਿੱਖ ਮੱਤ ਦਾ ਪ੍ਰਚਾਰ ਕਰੋ, ਕਿਸੇ ਧਰਮ ਦੇ ਖਿਲਾਫ ਕਿਸੇ ਵਿੱਚ ਇੱਕ ਸ਼ਬਦ ਵੀ ਨਹੀਂ, ਅਸੀਂ 20,000 ਰੁਪਏ ਚੈੱਕ ਦੇ ਦਾਂਗੇ ਵੀ ਆਹ ਭਾਈ ਨਿੰਦਿਆ ਲਿਖੀ ਹੈ। ਆਪਣੀ ਨਿੰਦਿਆ ਇੱਕ ਦੂਜੇ ਦੇ ਬੰਦੇ ਦੇ ਖਿਲਾਫ ਵੀ ਨਿੰਦਿਆ ਨਹੀਂ ਕਿਤੇ ਲਿਖੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਕੋਈ ਨਿੰਦਿਆ ਨਹੀਂ, ਅਤੇ ਅਸੀਂ ਨਿੰਦਿਆ ਕਰਦੇ, ਇਹ ਨਿੰਦਿਆ ਨਹੀਂ, ਅਸੀਂ ਫਿਰ ਵੀ ਸਤਿਕਾਰ ਕਰਦੇ ਭਾਈ ਕਰ ਲੈਂਦੇ ਲਾਲਾ ਨੇ ਪੀਰ ਦੀ ਨਿੰਦਿਆ। ਪਰ ਜਿੰਨੀ ਇੱਕ ਇਤਿਹਾਸਕਾਰ ਹੋਇਆ ਦੁਨੀਆ ਦਾ, ਉਹ ਕਦਾ ਜਿੰਨੀ ਨਿੰਦਿਆ ਕਰੂਗੀ ਓਨੀ ਚੜ੍ਹਾਈ ਹੋਊਗੀ, ਸਾਡੇ ਲੱਖਾਂ ਦੇ ਦਾਤੇ ਦਾ ਨਾਂ ਅੱਜ ਅਰਬਾਂ ਖਰਬਾਂ ਦਾ ਦਾਤਾ ਬਣ ਗਿਆ, ਜਿਹੜਾ ਲੱਖਾਂ ਦਾ ਦਾਤਾ ਸੀ ਨਿੰਦਿਆ ਕਰਕੇ ਵੀ ਜੋਰ ਲਾ ਲਿਆ, ਅਰਬਾਂ ਖਰਬਾਂ ਦਾ ਦਾਤਾ ਬਣ ਗਿਆ, ਕੋਈ ਨਹੀਂ ਰੋਕ ਸਕਦਾ, ਕਿਉਂਕਿ ਇਹ ਵੀ ਧਰਮ ਹੈ, ਦੂਜੇ ਵੀ ਧਰਮ ਹੈ, ਸਾਰੇ ਧਰਮ ਸਾਨੂੰ ਸਤਿਕਾਰ ਕਰਨਾ ਚਾਹੀਦਾ ਅਤੇ ਅਸੀਂ ਸਤਿਕਾਰ ਕਰਦੇ ਹਾਂ, ਭਾਵੇਂ ਮੰਦਰ ਹੈ। ਮੈਂ ਤੁਹਾਨੂੰ ਹੋਰ ਗੱਲ ਦੱਸੀਏ, ਆਪਦੇ ਧਰਮ ਦਾ ਪਤਾ ਨਹੀਂ ਵੀ ਨਾਂ ਕਿਵੇਂ ਪੈ ਗਿਆ, ਹੁਣ ਦੱਸਦੇ ਹਾਂ ਤੁਹਾਨੂੰ, ਹਿੰਦੂ ਧਰਮ ਦਾ ਨਾਂ ਸਿੰਧ ਦਰਿਆ ਤੋਂ ਪਿਆ, ਇੰਡੀਆ ਸ਼ਬਦ ਜਨਾਨੀ ਭਾਸ਼ਾ ਨੇ ਦਿੱਤਾ, ਜਨਾਨੀ ਲੋਕਾਂ ਨੇ ਦਿੱਤਾ, ਉਹ ਵੀ ਸਿੰਧ ਦਰਿਆ ਤੋਂ ਪਿਆ, ਰਾਣੀਆਂ ਨੇ ਹਿੰਦੁਸਤਾਨ ਕਿਹਾ, ਉਹ ਵੀ ਰਾਣੀਆਂ ਨੇ ਦਿੱਤਾ, ਰਿਗਵੇਦ ਵਿੱਚ ਆਰੀਆ ਦਾ ਦੇਸ਼ ਕਿਹਾ ਗਿਆ ਭਾਰਤ ਨੂੰ। ਜੇ ਅਸੀਂ ਗੱਲਾਂ ਸੰਗਤ ਨੂੰ ਦੱਸਾਂਗੇ ਫਿਰ ਹੀ ਪਤਾ ਲੱਗੂ,
ਇਹਦਾ ਪੂਛ ਫੜ ਲੈਂਦੇ ਕਿਤੇ ਆ ਜਾਓ ਕੋਟ ਲੈ ਜਾਂਦੇ ਲੋਕ ਕੋਟ ਲੈ ਬਾਬੇ ਨੇ ਹਾਂ ਦਾ ਨਾਰਾ ਮਾਰਿਆ ਮਾਰਿਆ ਨੀ ਬੱਚਿਆਂ ਤੇ ਐਡੀ ਮੱਚਦੀ ਅੱਗ ਦੇ ਵਿੱਚ ਹਾਂ ਦਾ ਨਾਰਾ ਮਾਰਾ ਸਾਡੇ ਮਲੇਰ ਦੇ ਬਾਦਸ਼ਾਹ ਨੇ ਕਿਉਂ ਨਾ ਮੰਨਾਂਗੇ ਅਸੀਂ ਤਾੜੀ ਨੀ ਪਾਉਂਗੇ ਇਸ ਗੱਲ ਤੇ ਹਾਂ ਦਾ ਨਾਰਾ ਮਾਰਿਆ ਉਹ ਵੀ ਸੂਫੀ ਸੰਤ ਸੋਹਣਾ ਬਾਦੀ ਸਿਲਸਿਲੇ ਦਾ ਮੋਢੀ ਹੋਇਆ ਸਾਡਾ ਮਲੇਰ ਦਾ ਬਾਦਸ਼ਾਹ ਹੈ ਦਰਸ਼ਕ ਇਹ ਸਾਰੇ ਸੰਗਤ ਮੈਂ ਜ਼ਿਆਦਾ ਟਾਈਮ ਲੈਣਾ ਬਾਬੇ ਬਹੁਤ ਬੈਠੇ ਆ ਇਹਨਾਂ ਦੇ ਆਪਾਂ ਹੁਕਮ ਵੀ ਸੁਣਨੇ ਆ ਵੀ ਆਪਾਂ ਇਤਿਹਾਸ ਨਾਲ ਜੁੜੋ ਪੀਰਾਂ ਫਕੀਰਾਂ ਨਾਲ ਜੁੜੋ ਤੇ ਸਾਰੇ ਧਰਮਾਂ ਦਾ ਸਤਿਕਾਰ ਵੀ ਕਰੋ ਜੇ ਖੰਡ ਪਾਠ ਖੁੱਲਿਆ ਉੱਥੇ ਵੀ ਜਾਓ ਜੇ ਰਮਾਇਣ ਖੁੱਲਿਆ ਉੱਥੇ ਵੀ ਜਾਓ ਜੇ ਕੁਰਾਨ ਖੁੱਲਿਆ ਉੱਥੇ ਵੀ ਜਾਓ ਇਹ ਆਪਣੀ ਬੜਪਣ ਹੈ ਕਿਉਂਕਿ ਨਿੰਦਾ ਇੱਕ ਮਾੜੀ ਸੋਚ ਦਰਸਾਉਂਦਾ ਹੈ ਬੰਦਾ ਉਹਦੀ ਸੋਚ ਮਾੜੀ ਹੋ ਸਕਦੀ ਹੈ ਜਿਹੜਾ ਨਿੰਦਾ ਕਰਦਾ ਵੱਡੀ ਸੋਚ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰਿਆਂ ਨਾਲ ਪਿਆਰ ਕਰੋ ਕਿਉਂਕਿ ਇਨਸਾਨ ਬਾਬੇ ਨਾਨਕ ਦਾ ਕੋਈ ਧਰਮ ਦੱਸ ਸਕਦਾ ਬਾਬੇ ਨਾਨਕ ਦਾ ਧਰਮ ਸੀ ਇਨਸਾਨੀਅਤ ਦਾ ਧਰਮ ਮੱਕੇ ਵੀ ਗਿਆ ਮਦੀਨੇ ਵੀ ਗਿਆ ਬਗਦਾਦ ਵੀ ਗਿਆ ਬਲਤਾਨ ਵੀ ਗਿਆ ਮਿਸਰ ਵੀ ਗਿਆ ਈਰਾਨ ਵੀ ਗਿਆ ਇਰਾਕ ਵੀ ਗਿਆ ਸ੍ਰੀਲੰਕਾ ਵੀ ਗਿਆ ਤਿੱਬਤ ਵੀ ਗਿਆ ਚੀਨ ਵੀ ਗਿਆ ਤੇ ਲਦਾਖ ਵੀ ਗਿਆ ਕੀ ਕਿਹਾ ਸੀ ਉਹਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਬਾਬੇ ਨਾਨਕ ਨੇ ਕਹਿੰਦਾ ਬੰਦਾ ਉਹ ਇੱਕ ਨੂਰ ਸੇ ਜਗ ਉਪਜਿਆ ਸਭ ਦਾ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਈਸਾਈ ਹੈ ਸਭ ਬੰਦਾ ਉਹ ਰੱਬ ਦਾ ਉਹ ਅੱਲਾਹ ਦਾ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਜਿੰਨੇ ਵੀ ਗ੍ਰੰਥ ਹੈ ਸਾਰਿਆਂ 'ਚ ਬਹੁਤ ਵੱਡਾ ਖਜ਼ਾਨਾ ਗਿਆਨ ਦਾ ਪਰ ਦੱਸਦਾ ਨਹੀਂ ਇੱਕ ਦੂਜੇ ਵਗਰ ਪੈ ਜਾਂਦੇ ਜੋੜੇ ਲਾ ਕੇ ਉਹ ਲਾਲਾ ਵਾਲਾ ਆਏ ਸੀ ਉਹ ਜਿਵੇਂ ਉੱਥੇ ਕੋਲੇ ਬੈਠੇ ਹੁੰਦੇ ਉਹ ਪਤੰਦਰਾ ਆਪਾਂ ਨੂੰ ਆਪਦੇ ਤਾਂ ਭਾਈ ਦਾ ਪਤਾ ਨਹੀਂ ਲੱਗਦਾ ਤੇ 1000 ਸਾਲ ਹੋ ਗਏ ਲਾਲਾ ਵਾਲੇ ਨੂੰ ਤੂੰ ਜਨਮ ਦੱਸ ਨਾ ਫਿਰ ਉਹਦੇ ਬਾਰੇ ਵਿਰੋਧ ਬੋਲੀ ਚੱਲੀ ਲੋੜ ਹੀ ਨਹੀਂ ਪਾਣੀ ਠੀਕ ਹੈ ਜਨਮ ਦਾ ਤਾਂ ਪਤਾ ਨਹੀਂ ਉਹਦੇ ਪਿਓ ਦਾ ਪਤਾ ਨਹੀਂ ਹੋਰ ਕੰਮਾਂ ਦੇ ਐਵੇਂ ਤਵੇ ਲਾਈ ਜਾਂਦੇ ਸਭ ਆਪੋ ਆਪਦੀ ਪਹੁੰਚ ਗਏ ਅਸੀਂ ਨਹੀਂ ਕਹਿੰਦੇ ਅਸੀਂ ਫਿਰ ਵੀ ਉਹਦਾ ਸਤਿਕਾਰ ਕਰਦੇ ਹਾਂ ਵੀ ਕਰ ਲਿਆ ਯਾਰ ਨਿੰਦਿਆ ਸਾਡੀ ਤਾਂ ਕਿਉਂਕਿ ਇੱਕ ਪੜ੍ਹਿਆ ਲਿਖਿਆ ਇਤਿਹਾਸਕਾਰ ਹੋਇਆ ਬਾਹਰਲੇ ਦੇਸ਼ ਦਾ ਉਹ ਕਹਿੰਦਾ ਜਿੰਨੀ ਕੋਈ ਨਿੰਦਿਆ ਕਰੂਗਾ ਨਾ ਉਹਦੇ ਬਰ ਖਿਲਾਫ ਵੋਟ ਪੈਣਗੇ ਤੇ ਪਈ ਜਾਂਦੀ ਸਾਡੇ ਸੰਤ ਬਲਜੀਤ ਜੀ ਦਾਦੂ ਵਾਲੇ ਇਹਨਾਂ ਦੇ ਦਲਸਾਦ ਦੇ ਫਾਦਰ ਜੀ ਇਕੱਠੇ ਰਹਿੰਦੇ ਨਾ ਉਹ ਆਪਣੇ ਟਰੱਸਟ ਦਾ ਵੀ ਸਤਿਕਾਰ ਕਰਦੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਉਹ ਵਿਚਾਰ ਹੁੰਦੇ ਰਹਿੰਦੇ ਇਹਨਾਂ ਦੇ ਫਾਦਰ ਸਾਹਿਬ ਦੇ ਉਹ ਕਹਿੰਦਾ ਵਾਕਈ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਤਿਕਾਰ ਕਰੋ ਭਾਵੇਂ ਕਿਸੇ ਧਰਮ 'ਚ ਕੋਈ ਜਿੱਥੇ ਬੈਠਾ ਆਪਦਾ ਉੱਥੇ ਬੈਠਾ ਰਹੋ ਕਿਸੇ ਦੀ ਨਿੰਦਿਆ ਨਾ ਕਰੋ ਅਸੀਂ ਕਈ ਵਾਰੀ ਦਾਦੂ ਜਾ ਕੇ ਆਉਂਦੇ ਹਾਂ ਉਹਨੇ ਇੱਕ ਦੋ ਚੇਲਿਆਂ ਨੂੰ ਵੀ ਰੋਕਿਆ ਵੀ ਇੱਥੇ ਨਾ ਵੜਿਓ ਇੱਥੇ ਸਾਡੇ ਪਿੰਡ ਦੇ ਚੇਲੇ ਬਹੁਤ ਬਲਜੀਤ ਸਿੰਘ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਉਹਨਾਂ ਦੇ ਪਿੰਡ ਜਾ ਕੇ ਵੀ ਅਸੀਂ ਸਤਿਕਾਰ ਕਰਦੇ ਹਾਂ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਟਰੱਸਟ ਵੱਲੋਂ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਗੱਲ ਕਰਕੇ ਆਪਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਇਹ ਗੱਲ ਕੰਨ 'ਚ ਪਾ ਲਓ ਮੈਂ ਤਾਂ ਇੱਕ ਚੌਂਕੀਦਾਰ ਰੱਖਿਆ ਭਾਈ ਟਰੱਸਟ ਨੇ ਕੋਈ ਪ੍ਰਧਾਨ ਪ੍ਰਧੂਣ ਨਹੀਂ ਕੁਛ ਨਹੀਂ ਜਿਹੜੇ ਪ੍ਰਧਾਨ ਬਣੇ ਉਹ ਸਲਾਖਾਂ ਦੇ ਵਿੱਚ ਬੈਠੇ ਆ ਬਹੁਤ ਸੱਚੇ ਦਰਬਾਰ ਠੀਕ ਹੈ ਨਾ ਇਹ ਮੈਂ ਤੇ ਹੰਕਾਰ ਉਹ ਅੱਲਾ ਵਾਹਿਗੁਰੂ ਨਹੀਂ ਛੱਡਦਾ ਕਿਤੇ ਮਰਜ਼ੀ ਭੱਜ ਲਏ ਕਲ ਯੁੱਗ ਦੇ ਵਿੱਚ ਰਾਵਣ ਨੇ ਕਰਿਆ ਸੀ ਕੀ ਹਾਲ ਹੋਇਆ ਸੀ ਇਹ ਗੱਲਾਂ ਨਹੀਂ ਇੱਕ ਰੱਬ ਤੁਸੀਂ ਵੀ ਉਹਨਾਂ ਪਾ ਸਕਦੇ ਹੋ ਸਾਥੋਂ ਵੱਧ ਪਾ ਸਕਦੇ ਭਾਵੇਂ ਮੈਂ ਲੈਕਚਰ ਕਰਦਾ ਹੋ ਸਕਦਾ ਮੈਨੂੰ ਕਿਤਾਬੀ ਜਾਣ ਵੱਧ ਹੋਵੇ ਪਰ ਰੂਹਾਨੀ ਜਾਣ ਤੁਹਾਡੇ ਨੂੰ ਵੱਧ ਹੋਵੇ ਸੰਗਤ ਆ ਨਾ ਜਿਹੜੀ ਸੰਗਤ ਕੋਈ ਬੁਲਾਰਾ ਇੱਥੇ ਮੈਂ ਇਕੱਲਾ ਬੋਲੀ ਜਾਊਂਗਾ ਵੀ ਸੰਗਤ ਨਾ ਹੋਈ ਕੋਈ ਫਾਇਦਾ ਨਹੀਂ ਕੀਰਤਨ ਕਰ ਲੂੰ ਤਾਂ ਵੀ ਕੋਈ ਫਾਇਦਾ ਨਹੀਂ ਚੇਲਾ ਜੇ ਹੁਕਮ ਦਿੰਦਾ ਜੇ ਸੰਗਤ ਨਹੀਂ ਕੋਈ ਫਾਇਦਾ ਉਹ ਸੰਗਤ ਨਹੀਂ ਬੇੜਾ ਪਾਰ ਕਰਦਾ ਸੰਗਤ ਸਾਰੇ ਧਰਮਾਂ ਵਿੱਚ ਵੱਡੀ ਹੈ ਕੋਈ ਭਾਵੇਂ ਕੁਰਾਨ ਚੱਕ ਲਓ ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਹੈ ਭਾਵੇਂ ਗੀਤ ਹੈ ਬਾਈਬਲ ਹੈ ਜਿੰਨੇ ਵੀ ਗ੍ਰੰਥ ਹੋਏ ਆ ਸਭ ਦੇ ਵਿੱਚ ਸੰਗਤ ਦਾ ਬੜਪਨ ਦੱਸਿਆ ਸੰਗਤ ਵੱਡੀ ਦੱਸੀ ਹੈ ਮੇਰਾ ਕਹਿਣ ਦਾ ਭਾਵ ਅਸੀਂ ਵੀ ਸੰਗਤ ਦੇ ਵਿੱਚੋਂ ਸਿੱਖ ਕੇ ਜਾਂਦੇ ਹਾਂ ਅਸੀਂ ਹੁਣ ਲੈਕਚਰ ਇੱਥੇ ਸਮਾਪਤ ਕਰਦੇ ਹਾਂ ਜੇ ਕਿਸੇ ਭਾਵਨਾ ਕੋਈ ਠੇਸ ਪਹੁੰਚ ਗਈ ਹੋਵੇ ਸਾਨੂੰ ਮਾਫ਼ ਕਰਨਾ ਅਤੇ ਜੇ ਲੈਕਚਰ ਚੰਗਾ ਲਾਇਆ ਤਾਂ ਤਾੜੀ ਪਾ ਦਿਓ ਜੇ ਮਾੜਾ ਹੋ ਗਿਆ ਤਾਂ ਮੈਂ ਆਪਦੀ ਝੋਲੀ ਪਾ ਕੇ ਲੈ ਜੂੰਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੱਚੇ ਦਰਬਾਰ ਕੀ ਹੈ ਆ ਜਾਓ ਭਾਈ ਜਿਹੜਾ